ਪਾਣੀ ਤਾਂ ਠੰਡਾ ਹੈਗਾ, ਬੜਾ ਅੱਛਾ ਵੀ ਲੱਗ ਰਿਹਾ, ਲੇਕਿਨ ਇੱਥੇ ਬੜੇ ਹਾਦਸੇ ਵੀ ਹੁੰਦੇ ਨੇ ਸੁਣਿਆ ਜੀ। ਬਿਲਕੁਲ, ਹਰ ਸਾਲ ਇੱਥੇ ਜਾਨੀ ਨੁਕਸਾਨ ਕਾਫੀ ਹੁੰਦੇ ਨੇ ਇਸ ਨਹਿਰ ਦੇ ਵਿੱਚ। ਆਵਾਮ ਅਕਸਰ ਨਹਾਉਣ ਵਾਲੀ ਵੀ ਡੁੱਬ ਜਾਂਦੀ ਹੈ, ਖੁਦਕੁਸ਼ੀ ਵਾਲੀ ਵੀ ਹੁੰਦੀ ਹੈ, ਕਾਫੀ ਹਾਦਸਾ ਦਾ ਨਹਿਰ ਦੇ ਵਿੱਚ ਹੁੰਦੇ ਰਹਿੰਦੇ ਨੇ। ਅਲਹਮਦੁਲਿਲਾ ਰੈਸਕਿਊ 112 ਦੀ ਤਰਫੋਂ ਮੈਨੂੰ ਇੱਥੇ ਲਾਈਫ ਜੈਕਟ ਅਤੇ ਇੱਕ ਰਿੰਗ ਮਿਲੀ ਹੋਈ ਹੈ ਤਾਂ ਕਿ ਆਵਾਮ ਦੀ ਜਾਨ ਬਚਾਉਣ ਸਕਾਂ। ਵੈਸੇ ਉਹਦੇ ਤੋਂ ਬਗੈਰ ਜਾਈਏ ਤਾਂ ਸਾਨੂੰ ਆਪਣੀ ਜਾਨ ਦਾ ਵੀ ਖਤਰਾ ਹੁੰਦਾ, ਬਾਅਦ ਕਰ ਕਈ ਦਫ਼ਾ ਸਾਨੂੰ ਆਪਣੀ ਜਿਹੜੀ ਜਾਨ ਬੜੀ ਮੁਸ਼ਕਲ ਬਚਾ ਕੇ ਬਾਹਰ ਆਉਣਾ ਪਿਆ ਸਾਨੂੰ। ਜੀ ਅਲਹਮਦੁਲਿਲਾ, ਅਲਹਮਦੁਲਿਲਾ ਅੱਲਾਹ ਪਾਕ ਦੀ ਰਹਿਮਤ, ਅੱਲਾਹ ਪਾਕ ਦੀ ਰਹਿਮਤ ਦੇ ਨਾਲ ਐਵਾਰਡ ਸਰਟੀਫਿਕੇਟ ਸਨਤ ਗੋਲਡ ਮੈਡਲ ਮੁਹਾਫਜ਼ ਮਿਲਤ ਦਾ ਐਵਾਰਡ 2023 'ਚ ਲੈ ਕੇ ਆਇਆ। ਮਾਸ਼ਾਅੱਲਾ, ਗੋਲਡ ਮੈਡਲ ਵੀ ਮਿਲਿਆ ਜੀ ਅਲਹਮਦੁਲਿਲਾ। ਐਸੀ ਵਜ੍ਹਾ ਤੋਂ ਮਿਲਿਆ ਜੀ? ਨਹਿਰ ਡੁੱਬਦੀ, ਅਕਸਰ ਆਵਾਮ ਨਹਾਉਣ ਵਾਲੀ ਹੁੰਦੀ ਹੈ ਉਹ ਡੁੱਬਦੀ ਹੁੰਦੀ ਹੈ, ਉਸ ਤੋਂ ਬਾਅਦ ਕੋਈ ਆਵਾਮ ਜਿਹੜੀ ਹੁੰਦੀ ਘਰ ਲੜ ਕੇ ਖੁਦਕੁਸ਼ੀ ਕਰਨ ਵਾਲੀ ਬੀਬੀਆਂ ਬੰਦੇ ਹੁੰਦੇ ਨੇ ਜਿਹੜੇ ਘਰੋਂ ਲੜ ਕੇ ਆਣ ਕੇ ਅਤੇ ਇਸ ਨਹਿਰ ਦੇ ਵਿੱਚ ਆਣ ਕੇ ਛਲਾਂਗ ਲਾ ਦਿੰਦੇ ਨੇ। ਛਲਾਂਗ ਲਾਉਣ ਤੋਂ ਬਾਅਦ ਇਹ ਨਹਿਰ ਕਾਫੀ ਗਹਿਰੀ ਵੀ ਹੈ। ਪਾਣੀ ਪਹਿਲੇ ਤਾਂ ਨਹਿਰ 'ਚ ਘੱਟ ਸੀ ਅਤੇ ਹੁਣ ਕਾਫੀ ਜ਼ਿਆਦਾ ਅੱਗੇ ਨਾਲ ਹੋ ਗਿਆ, ਪਾਣੀ ਗਹਿਰਾ ਵੀ ਹੈ, ਉਸ ਤੋਂ ਬਾਅਦ ਪਾਣੀ ਦਾ ਰੰਗ ਕਲਰ ਵੀ ਚੇਂਜ ਹੈ ਅਤੇ ਤਕਰੀਬਨ ਡੁੱਬਣ ਵਾਲਿਆਂ ਦਾ ਅੱਗੋਂ ਗਰਮੀ ਆ ਰਹੀ ਹੈ, ਡੁੱਬਣ ਵਾਲਿਆਂ ਦਾ ਹਾਦਸਾ ਦੀ ਵਜ੍ਹਾ ਜਿਹੜੇ ਨੇ ਜ਼ਿਆਦਾ ਬਣਦੀ ਜਾਣੀ ਹੈ। MGK ਨਿਊਜ਼ ਕੀ ਦਿਲਚਸਪ ਔਰ ਮਜ਼ੇਦਾਰ ਵੀਡੀਓਜ਼ ਦੇਖਣ ਕੇ ਲਈ ਹਮਾਰਾ ਚੈਨਲ ਸਬਸਕ੍ਰਾਈਬ ਕੀਜੀਏ ਔਰ ਬੈਲ ਕੇ ਆਈਕੋਨ ਪਰ ਕਲਿੱਕ ਕੀਜੀਏ ਤਾਂ ਕਿ ਆਪ ਹਮਾਰੀ ਤਮਾਮ ਆਉਣ ਵਾਲੀ ਵੀਡੀਓਜ਼ ਸੇ ਬਖਬਰ ਰਹਿ ਸਕੇਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਬਾਈ, ਕੀ ਨਾਮ ਹੈ ਤੁਹਾਡਾ? ਬਸ਼ਾਰਤ ਅਲੀ। ਬਸ਼ਾਰਤ ਬਾਈ, ਸਭ ਤੋਂ ਪਹਿਲੇ ਦੱਸੋ ਇਹ ਕਿਹੜੀ ਨਹਿਰ ਖਾਸ ਜਿੱਥੇ ਬੜੀ ਦੁਨੀਆ ਆਉਂਦੀ ਹੈ, ਇੱਥੇ ਖਾਂਦੇ ਪੀਂਦੇ ਵੀ ਨੇ, ਲੋਕ ਨਹਾਉਂਦੇ ਵੀ ਨੇ? ਖਾਨਪੁਰ ਨਹਿਰ। ਅੱਛਾ। ਸ਼ੇਖਪੁਰੇ ਰੋਡ? ਸ਼ੇਖਪੁਰਾ ਰੋਡ, ਖਾਨਪੁਰ ਨਹਿਰ। ਬੜੀ ਮਸ਼ਹੂਰ ਹੈ ਨਹਿਰ, ਬੜੀ ਬੜੀ ਦੂਰੋਂ ਲੋਕ ਆਉਂਦੇ ਨੇ? ਜੀ ਬਿਲਕੁਲ, ਇਸ ਤਰ੍ਹਾਂ ਹੀ ਹੈ। ਪਾਣੀ ਤਾਂ ਠੰਡਾ ਹੈਗਾ, ਬੜਾ ਅੱਛਾ ਵੀ ਲੱਗ ਰਿਹਾ, ਲੇਕਿਨ ਇੱਥੇ ਬੜੇ ਹਾਦਸੇ ਵੀ ਹੁੰਦੇ ਨੇ ਸੁਣਿਆ? ਜੀ ਬਿਲਕੁਲ, ਹਰ ਸਾਲ ਇੱਥੇ ਜਾਨੀ ਨੁਕਸਾਨ ਕਾਫੀ ਹੁੰਦੇ ਨੇ ਇਸ ਨਹਿਰ ਦੇ ਵਿੱਚ। ਆਵਾਮ ਅਕਸਰ ਨਹਾਉਣ ਵਾਲੀ ਵੀ ਡੁੱਬ ਜਾਂਦੀ ਹੈ, ਖੁਦਕੁਸ਼ੀ ਵਾਲੀ ਵੀ ਹੁੰਦੀ ਹੈ, ਕਾਫੀ ਹਾਦਸਾ ਦਾ ਨਹਿਰ ਦੇ ਵਿੱਚ ਹੁੰਦੇ ਰਹਿੰਦੇ ਨੇ। ਤੁਸੀਂ ਇੱਥੇ ਕਿੰਨੇ ਅਰਸੇ ਤੋਂ ਇੱਥੇ ਦੁਕਾਨ ਲਾਈ ਹੈ ਤੁਸੀਂ? ਮੇਰਾ, ਮੈਂ ਜਦੀ ਪੁਸ਼ਤੀ ਕੰਮ ਹੀ ਕੁਲਫੀ ਦਾ, ਤਕਰੀਬਨ ਕਾਫੀ ਦੇਰ ਤੋਂ, ਤਕਰੀਬਨ 35 ਸਾਲ ਤੋਂ ਕੰਮ ਮੇਰਾ ਨਹਿਰ ਅਤੇ ਕੁਲਫੀ ਦੇ ਚੱਲ ਰਿਹਾ। ਕੀ ਦੇਖਿਆ ਇਸ? ਤੁਸੀਂ ਬੜਾ ਮਸ਼ਹੂਰ ਹੋ, ਤੁਸੀਂ ਮੈਂ ਲੋਕਾਂ ਨੇ ਦੱਸਿਆ ਜੀ ਤੁਸੀਂ ਬੜੀਆਂ ਜਾਨਾਂ ਬਚਾਈਆਂ ਨੇ, ਆਪਣੀ ਜਾਨ 'ਤੇ ਖੇਡ ਕੇ ਤੁਸੀਂ ਲੋਕਾਂ ਦੀ ਜਾਨ ਬਚਾਉਂਦੇ ਹੋ ਇੱਥੇ ਨਹਿਰ ਦੇ ਅੰਦਰ ਛਲਾਂਗ ਲਾ ਕੇ, ਅਤੇ ਕੀ ਵਾਕਿਆ ਹੋਏ ਸਨ, ਕੋਈ ਖਾਸ ਵਾਕਿਆ ਸਾਨੂੰ ਸੁਣਾਓ ਅੱਜ ਜੀ। ਅਲਹਮਦੁਲਿਲਾ, ਬਚਾਈ ਦਾ ਬਚਾਉਣ ਵਾਲੀ ਤਾਂ ਅੱਲਾਹ ਦੀ ਜ਼ਾਤ ਪਾਕ ਹੁੰਦੀ ਹੈ, ਬੰਦਾ ਦਾ ਐਵੇਂ ਹੀਲੇ ਦਾ ਵਸੀਲਾ ਹੀ ਹੁੰਦਾ। ਅਕਸਰ ਆਵਾਮ ਨਹਾਉਣ ਵਾਲੀ ਹੁੰਦੀ ਹੈ, ਉਹ ਡੁੱਬਦੀ ਹੁੰਦੀ ਹੈ, ਉਸ ਤੋਂ ਬਾਅਦ ਕੋਈ ਆਵਾਮ ਜਿਹੜੀ ਹੁੰਦੀ ਘਰ ਲੜ ਕੇ ਖੁਦਕੁਸ਼ੀ ਕਰਨ ਵਾਲੀ ਬੀਬੀਆਂ ਬੰਦੇ ਹੁੰਦੇ ਨੇ ਜਿਹੜੇ ਘਰੋਂ ਲੜ ਕੇ ਆਣ ਕੇ ਅਤੇ ਇਸ ਨਹਿਰ ਦੇ ਵਿੱਚ ਆਣ ਕੇ ਛਲਾਂਗ ਲਾ ਦਿੰਦੇ ਨੇ। ਛਲਾਂਗ ਲਾਉਣ ਤੋਂ ਬਾਅਦ ਇਹ ਨਹਿਰ ਕਾਫੀ ਗਹਿਰੀ ਵੀ ਹੈ ਅਤੇ ਉਹਦੇ ਬਾਵਜੂਦ ਫਿਰ ਜਦੋਂ ਪਾਣੀ ਦੀ ਨਜ਼ਰ ਹੋ ਜਾਂਦੇ ਨੇ ਤਾਂ ਫਿਰ ਅੱਲਾਹ ਦੀ ਸਪੁਰਦ ਹੋ ਜਾਂਦੇ ਨੇ, ਡੁੱਬ ਜਾਂਦੀ ਆਵਾਮ। ਤੁਸੀਂ ਖੁਦਾ ਤਰਸੀ ਦੇ, ਖੁਦਾ ਤਰਸੀ ਦਾ ਸੋਚ ਕੇ ਅਤੇ ਫਿਰ ਛਲਾਂਗ ਲਾ ਕੇ ਅਤੇ ਬਚਾਉਣ ਚਲੇ ਜਾਂਦੇ ਹੋ, ਆਪੇ ਹੀ ਤੁਸੀਂ 112 ਵਾਲੇ ਬਣ ਜਾਂਦੇ ਹੋ ਜੀ? ਜੀ ਅਲਹਮਦੁਲਿਲਾ, ਕਨੈਕਟ ਜੀ ਰੈਸਕਿਊ 112 ਵਾਲਿਆਂ ਦੇ ਨਾਲ, ਅਤੇ ਅਲਹਮਦੁਲਿਲਾ ਰੈਸਕਿਊ 112 ਦੀ ਤਰਫੋਂ ਮੈਨੂੰ ਇੱਥੇ ਲਾਈਫ ਜੈਕਟ ਅਤੇ ਇੱਕ ਰਿੰਗ ਮਿਲੀ ਹੋਈ ਹੈ ਤਾਂ ਕਿ ਆਵਾਮ ਦੀ ਜਾਨ ਬਚਾਉਣ ਸਕਾਂ। ਵੈਸੇ ਉਹਦੇ ਤੋਂ ਬਗੈਰ ਜਾਈਏ ਤਾਂ ਸਾਨੂੰ ਆਪਣੀ ਜਾਨ ਦਾ ਵੀ ਖਤਰਾ ਹੁੰਦਾ, ਬਾਅਦ ਕਰ ਕਈ ਦਫ਼ਾ ਸਾਨੂੰ ਆਪਣੀ ਜਿਹੜੀ ਜਾਨ ਬੜੀ ਮੁਸ਼ਕਲ ਬਚਾ ਕੇ ਬਾਹਰ ਆਉਣਾ ਪਿਆ ਸਾਨੂੰ। ਕੋਈ ਖਾਸ ਵਾਕਿਆ ਸੁਣਾਓ ਜਿਹਨੂੰ ਤੁਸੀਂ ਬਚਾਇਆ ਹੈ ਅਤੇ ਉਹਨੇ ਦੱਸਿਆ ਹੋਇਆ ਜੀ ਮੈਂ ਕਿਉਂ ਡੁੱਬਿਆ ਸਾਂ, ਜੀ ਕੀ ਚੱਕਰ ਹੋਇਆ? ਇੱਥੇ ਇੱਕ ਲੜਕਾ ਸੀ ਨਨਕਾਣਾ ਸਾਹਿਬ ਦਾ, ਉਹਨੇ ਮਾਰੀ ਸੀ ਛਾਲ ਮਾਰੀ ਸੀ ਨਹਿਰ 'ਚ ਖੁਦਕੁਸ਼ੀ ਕਰਨ ਵਾਸਤੇ, ਛਲਾਂਗ ਲਾਈ ਸੀ, ਉਹਨੂੰ ਜਿਸ ਟਾਈਮ ਕੱਢ ਕੇ ਬਾਹਰ ਲੈ ਕੇ ਆਏ ਹਾਂ, ਉਹਦਾ CPR ਕਰਕੇ ਪਾਣੀ ਪੂਣੀ ਪੇਟ ਦਾ ਖਤਮ ਕਰਕੇ, ਅਤੇ ਫਿਰ ਉਹਨੂੰ ਪੁੱਛਿਆ, ਉਹਨੇ ਕਿਹਾ ਜੀ ਮੈਂ ਇਸ ਕਰਕੇ ਛਾਲ ਮਾਰੀ ਸੀ
ਅਤੇ ਮੇਰੀ ਜਿਹੜੀ ਸ਼ਾਦੀ ਸੀ ਨਾ ਜਿੱਥੇ ਮੈਂ ਕਹਿੰਦਾ ਵਾਂ ਉੱਥੇ ਨਹੀਂ ਹੋ ਰਹੀ, ਮੈਂ ਪਸੰਦ ਦੀ ਸ਼ਾਦੀ ਕਰਵਾਉਣਾ ਚਾਹੁੰਦਾ ਵਾਂ, ਲੇਕਿਨ ਮੇਰਾ ਮਾਂ ਬਾਪ ਨਹੀਂ ਮੰਨਦਾ ਪਿਆ, ਉਹਦੀ ਵਜ੍ਹਾ ਤੋਂ ਮੈਨੂੰ ਨਹਿਰ 'ਚ ਛਲਾਂਗ ਲਾਉਣੀ ਪਈ ਹੈ, ਤਾਂ ਬਾਕੀ ਬਚ ਗਿਆ ਸੀ ਅਲਹਮਦੁਲਿਲਾ, ਜਿੱਥੇ ਚਾਹੁੰਦਾ ਸੀ ਉੱਥੇ ਹੀ ਸ਼ਾਦੀ ਹੋ ਗਈ ਉਹਦੀ। ਯਾਨੀ ਕਿ ਅੱਲਾ ਨੇ ਜਾਨ ਵੀ ਬਖਸ਼ ਦਿੱਤੀ ਹੁੰਦੀ ਤਾਂ ਫਿਰ ਜ਼ਿੰਦਗੀ ਵੀ ਬਣ ਗਈ, ਅੱਗੋਂ ਪਿਆਰ ਵੀ ਮਿਲ ਗਿਆ। ਜੀ ਬਿਲਕੁਲ, ਇਸ ਤਰ੍ਹਾਂ ਹੀ ਹੈ। ਅਕਸਰ ਉਹ ਮੇਰੇ ਕੋਲ ਆਉਂਦਾ ਰਹਿੰਦਾ ਨਨਕਾਣੇ ਦਾ, ਲਾਹੌਰ ਜੋਬ ਕਰਦਾ, ਇੱਥੋਂ ਅਕਸਰ ਮੇਰੇ ਨਾਲ ਰਾਬਤਾ ਕਰਕੇ ਅਤੇ ਮੇਰੇ ਕੋਲ ਇੱਥੇ ਆਉਂਦਾ ਮਿਲ ਕੇ ਜਾਂਦਾ ਹੁੰਦਾ ਮੈਨੂੰ। ਵੈਸੇ ਆਮ ਲੋਕ ਜਿਹੜੇ ਨਹਾ ਰਹੇ ਨੇ ਉਹਨਾਂ ਨੂੰ ਖਤਰਾਤ ਹੈਗੇ ਨੇ ਇੱਥੇ ਬਹੁਤ ਜ਼ਿਆਦਾ, ਤੁਹਾਡੇ ਖਿਆਲ ਨਾਲ ਨਹੀਂ ਨਹਾਉਣਾ ਚਾਹੀਦਾ ਬੱਚਿਆਂ ਨੂੰ, ਮੁੰਡੇ ਆ ਜਾਂਦੇ ਨੇ ਜਦੋਂ ਦੂਰੋਂ ਦੂਰੋਂ ਆ ਜਾਂਦੇ ਨੇ? ਬਿਲਕੁਲ ਨਹੀਂ ਨਹਾਉਣਾ ਚਾਹੀਦਾ, ਗੱਲ ਆਵੇ ਪਾਣੀ ਕਾਫੀ ਗਹਿਰਾ ਹੈ, ਇੱਥੋਂ ਨਹਿਰ ਵਾਲੇ ਤਾਂ ਰਹਿਣ ਵਾਲਿਆਂ ਨੂੰ ਤਾਂ ਪਤਾ ਨਾ ਸੀ ਅਤੇ ਇਹ ਕੰਮ ਇੱਥੇ ਪਾਣੀ ਇੰਨਾ ਤਾਂ ਇੰਨਾ ਤਾਂ, ਬਾਕੀ ਜਿਹੜੀ ਵਾਹ ਉਹਨਾਂ ਦੇ ਪਿੱਛੇ ਛਾਲ ਮਾਰਦੀ ਹੈ ਉਹ ਬੇਵਕੂਫੀ ਕਰਦੀ ਹੈ, ਤਾਂ ਕਿ ਇੱਥੇ ਰਹਿਣ ਵਾਲਿਆਂ ਨੂੰ ਪਤਾ ਇੱਥੇ ਇੰਨਾ ਪਾਣੀ, ਅਤੇ ਜਿਹਨਾਂ ਉਹਨੇ ਮਗਰ ਛਾਲ ਮਾਰਨੀ ਉਹਨਾਂ ਨੂੰ ਕੀ ਪਤਾ ਪਾਣੀ ਕਿੰਨਾ ਅਤੇ ਕਿੰਨਾ ਨਹੀਂ, ਉਹਨਾਂ ਦੇ ਮਗਰ ਛਾਲ ਮਾਰ ਕੇ ਇਸ ਤਰ੍ਹਾਂ ਆਮ ਡੁੱਬ ਜਾਂਦੀ। ਫਿਰ ਤੁਹਾਡੀ ਇਹ ਅੱਛੀ ਖਿਦਮਾਨ ਨੂੰ ਵੇਖਦੇ ਹੋਏ ਤੁਹਾਨੂੰ ਕੋਈ ਅਵਾਰਡ ਵਗੈਰਾ ਵੀ ਦਿੱਤੇ ਗਏ ਨੇ? ਜੀ ਅਲਹਮਦੁਲਿਲਾ, ਅੱਲਾ ਪਾਕ ਦੀ ਰਹਿਮਤ, ਅੱਲਾ ਪਾਕ ਦੀ ਰਹਿਮਤ ਦੇ ਨਾਲ ਅਵਾਰਡ ਸਰਟੀਫਿਕੇਟ ਸਨਤ ਗੋਲਡ ਮੈਡਲ ਮੁਹਾਫਜ਼ ਮਿਲਤ ਦਾ ਅਵਾਰਡ 2023 'ਚ ਲੈ ਕੇ ਆਇਆ। ਮਾਸ਼ਾਅੱਲਾ ਗੋਲਡ ਮੈਡਲ ਵੀ ਮਿਲਿਆ? ਜੀ ਅਲਹਮਦੁਲਿਲਾ। ਐਸੀ ਵਜ੍ਹਾ ਤੋਂ ਮਿਲਿਆ? ਜੀ, ਨਹਿਰੂ ਡੁੱਬਦੀ ਵਾਮ ਨੂੰ ਬਚਾਉਣ ਦੇ। ਬੜੀ ਗੱਲ ਹੈ, ਜੇ ਤੁਸੀਂ ਇਹ ਨੇਕ ਕੰਮ ਕਰਦੇ ਹੋ ਤਾਂ ਅੱਲਾ ਤਾਲਾ ਵੀ ਤੁਹਾਨੂੰ ਇੱਜ਼ਤ ਬਖਸ਼ ਰਿਹਾ ਬਹੁਤ ਜ਼ਿਆਦਾ। ਜੀ ਸ਼ੁਕਰ ਅਲਹਮਦੁਲਿਲਾ, ਇੰਨੇ ਇੱਜ਼ਤ ਦੇ ਲਾਇਕ ਤਾਂ ਨਹੀਂ ਸਾ ਜਿੰਨੀ ਅੱਲਾ ਪਾਕ ਨੇ ਇੱਜ਼ਤ ਦੇ ਦਿੱਤੀ। ਬੜੀ ਦੂਰੋਂ ਦੂਰੋਂ ਤੁਹਾਡੀ ਤਾਰੀਫ ਸੁਣੀ ਅਸੀਂ ਕਿ ਉਹ ਇੱਕ ਬੰਦਾ ਹੈਗਾ ਜੀ ਜਿਹੜਾ ਜਾਨ ਤਾਂ ਖੇਡ ਕੇ ਤਾਂ ਬਚਾ ਲੈਂਦਾ ਲੋਕਾਂ ਨੂੰ। ਜੀ ਅਲਹਮਦੁਲਿਲਾ, ਇਸ ਤਰ੍ਹਾਂ ਹੀ ਹੈ। ਕਦੇ ਖੁਦ ਨਹੀਂ ਸੋਚਿਆ ਕਿ ਮੈਨੂੰ ਕੁਛ ਨਾ ਹੋ ਜਾਵੇ? ਹੁੰਦਾ ਹੈ ਅਕਸਰ, ਹੁੰਦਾ ਹੈ ਕਿਉਂ ਤਾਂ ਆਪਣੇ ਵੀ ਬਾਲ ਬੱਚੇ ਹਨ, ਬੀਵੀ ਹੈ, ਬੱਚੇ ਹੈ, ਭੈਣਾਂ ਨੇ, ਭਾਈ ਨੇ, ਮਾਂ ਹੈ, ਬਾਪ ਹੈ, ਉਹਨਾਂ ਦਾ ਵੀ ਸੋਚ ਕੇ, ਲੇਕਿਨ ਇਨਸਾਨੀਅਤ ਦੇ ਨਾਤੇ ਦੇ ਨਾਲ ਅਗਲੇ ਦੀ ਜਾਨ ਬਚਾਉਣ ਵਾਸਤੇ ਜਿਸ ਟਾਈਮ ਕੋਈ ਡੁੱਬਦਾ ਹੋਵੇ ਸਾਡੇ ਤੋਂ ਰਿਹਾ ਨਹੀਂ ਜਾਂਦਾ, ਉਸ ਟਾਈਮ ਸਿਰਫ ਔਰ ਸਿਰਫ ਸਾਡੀਆਂ ਅੱਖਾਂ ਦੇ ਸਾਹਮਣੇ ਉਸ ਬੰਦੇ ਦੀ ਜਾਨ ਹੁੰਦੀ ਹੈ ਜਿਹੜਾ ਡੁੱਬਦਾ ਹੁੰਦਾ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਨਾਲੇ ਤੁਹਾਨੂੰ ਟ੍ਰੇਨਿੰਗ ਵੀ ਕੀਤੀ ਹੈ, ਤੁਸੀਂ ਤੁਹਾਨੂੰ ਆਉਂਦਾ ਵੀ ਹੈ ਬਚਾਉਣਾ, ਸਾਰਾ ਕੁਛ ਕੀਤਾ ਹੈ, 1-1, 2-2 ਦੇ ਨਾਲ ਕਨੈਕਟ ਵੀ ਰਹੇ ਹੋ। ਜੀ ਅਲਹਮਦੁਲਿਲਾ, ਅਲਹਮਦੁਲਿਲਾ, ਉਹੀ ਟ੍ਰੇਨਿੰਗ ਉਹਨਾਂ ਦੀ ਲਿੱਤੀ ਹੈ ਤੁਸੀਂ ਇੱਥੇ? ਉਹਨਾਂ ਤੋਂ ਟ੍ਰੇਨਿੰਗ ਨਹੀਂ, ਮੈਂ ਬਸ ਜ਼ਿਆਦਾ ਖੁਦ ਮੇਰੀ ਖੁਦ ਦੀ ਟ੍ਰੇਨਿੰਗ ਹੈ। ਅੱਛਾ, ਬਚਪਨ ਤੋਂ ਉੱਥੇ ਨਹਾ ਰਹੇ ਹੋ ਫਿਰ ਤੁਸੀਂ? ਜੀ ਬਿਲਕੁਲ, ਅਲਹਮਦੁਲਿਲਾ। ਕੀ ਤਬਦੀਲੀਆਂ ਦੇਖੀਆਂ ਨੇ ਨਹਿਰ 'ਚ? ਹੁਣ ਆਉਂਦੇ ਦੌਰ 'ਚ ਕੋਈ ਤਬਦੀਲੀ ਆਈ ਹੈ ਪਾਣੀ 'ਚ? ਪਾਣੀ ਪਹਿਲੇ ਕਿੰਝ ਦਾ ਸੀ, ਹੁਣ ਕਿੰਝ ਦਾ? ਪਾਣੀ ਪਹਿਲੇ ਤਾਂ ਨਹਿਰ 'ਚ ਘੱਟ ਸੀ ਅਤੇ ਹੁਣ ਕਾਫੀ ਜ਼ਿਆਦਾ ਅੱਗੇ ਨਾਲ ਹੋ ਗਿਆ, ਪਾਣੀ ਗਹਿਰਾ ਵੀ ਹੈ, ਉਸ ਤੋਂ ਬਾਅਦ ਪਾਣੀ ਦਾ ਰੰਗ ਕਲਰ ਵੀ ਚੇਂਜ ਹੈ, ਅਤੇ ਤਕਰੀਬਨ ਡੁੱਬਣ ਵਾਲਿਆਂ ਦਾ ਅੱਗੋਂ ਗਰਮੀ ਆ ਰਹੀ ਹੈ, ਡੁੱਬਣ ਵਾਲਿਆਂ ਦੇ ਹਾਦਸਾ ਦੀ ਵਜ੍ਹਾ ਜਿਹੜੇ ਨੇ ਜ਼ਿਆਦਾ ਬਣਦੀ ਜਾਣੀ ਹੈ। ਇੱਕ ਖਾਸ ਅਤੇ ਆਖਰੀ ਸਵਾਲ, ਇੱਥੇ ਹੈਂਡ ਪੰਪ ਲੱਗੇ ਨੇ ਜਿਹਦੇ 'ਤੇ ਪਾਣੀ ਕਮਾਲ ਦਾ ਪਾਣੀ ਆ ਰਿਹਾ ਜਿਹੜਾ ਕਿਸੇ ਫਿਲਟਰ ਤੋਂ ਨਹੀਂ ਮਿਲ ਸਕਦਾ, ਉਹਦੇ ਬਾਰੇ ਦੱਸੋ ਕੀ ਵਜ੍ਹਾ ਹੈਗੀ? ਉਹ ਪਾਣੀ ਬਹੁਤ ਕਮਾਲ ਹੈ, ਆਵਾਮ ਸਮਝਦੀ ਬਸ ਨਹਿਰੇ ਨਹਾਉਣ ਦਾ ਮਜ਼ਾ ਆਉਂਦਾ, ਬਾਹਰ ਨਹਾਉਣ ਦਾ ਕੋਈ ਮਜ਼ਾ ਨਹੀਂ ਹੈ। ਉਹ ਹੈਂਡ ਪੰਪ ਤਾਂ ਇਸ ਕਰਕੇ ਇਸਤੇਮਾਲ ਨਹੀਂ ਕਰਦੀ ਤਾਂ ਕਿ ਹੈਂਡ ਪੰਪ ਚਲਾਉਣਾ ਪੈਂਦਾ, ਨਹਿਰ ਦਾ ਪਾਣੀ ਆਲਰੇਡੀ ਚੱਲ ਰਿਹਾ, ਉਹਦੇ ਵਿੱਚ ਛਲੰਗਾ ਮਾਰਦੇ ਨੇ, ਲੇਕਿਨ ਉਹ ਆਪਣੀ ਸ਼ੋਖਾਪਨ ਵਿਖਾਉਂਦੇ ਨੇ ਜਿਸ ਟਾਈਮ, ਉਸ ਟਾਈਮ ਅੱਲਾ ਦੀ ਸਪੁਰਦ ਹੋ ਜਾਂਦੇ ਨੇ, ਫਿਰ ਡੁੱਬ ਜਾਂਦੇ ਨੇ। ਅਸੀਂ ਤੁਹਾਨੂੰ ਸਲੂਟ ਪੇਸ਼ ਕਰਦੇ ਹਾਂ ਜੀ, ਬੜਾ ਅੱਛਾ ਤੁਸੀਂ ਨੇਕ ਕੰਮ ਕਰ ਰਹੇ ਹੋ, ਅੱਲਾ ਤਾਲਾ ਤੁਹਾਨੂੰ ਵੀ ਸਲਾਮਤ ਰੱਖੇ ਅਤੇ ਤੁਹਾਡੇ ਜ਼ਰੀਏ ਲੋਕਾਂ ਨੂੰ ਬਚਾਉਂਦਾ ਰੱਖੇ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਬਹੁਤ ਸ਼ੁਕਰੀਆ ਜੀ। ਮਿਹਰਬਾਨੀ, ਥੈਂਕ ਯੂ।